ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਮ੍ਰਿਤਕ ਦੇ ਪਰਿਵਾਰ ਵੱਲੋਂ ਪ੍ਰਦਰਸ਼ਨ। ਬਰਨਾਲਾ ਦੇ ਇੱਕ ਮੁਹੱਲੇ ਵਿੱਚ ਆਪਸੀ ਗਾਲੀ ਗਲੋਚ ਨੂੰ ਲੈ ਕੇ ਲੜਾਈ, ਮਾਰਕੁੱਟ ਵਿੱਚ ਕਈ ਲੋਕ ਜ਼ਖਮੀ ਹੋਏ। ਦੋ ਦੀ ਹਾਲਤ ਨੂੰ ਗੰਭੀਰ ਵੇਖਦੇ ਹੋਏ ਪਟਿਆਲਾ ਰੈਫਰ ਕੀਤਾ ਗਿਆ, ਜਿਸ ਵਿੱਚੋਂ ਇੱਕ ਦੀ ਅੱਜ ਮੌਤ ਹੋ ਗਈ। ਮੁਹੱਲਾ ਨਿਵਾਸੀਆਂ ਅਤੇ ਪਰਿਵਾਰ ਵਾਲਿਆਂ ਨੇ ਗੁੱਸੇ ਵਿੱਚ ਬਰਨਾਲਾ ਦਾ ਮੁੱਖ ਰਸਤਾ ਰੋਡ ਜਾਮ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਲਈ ਰੋਸ ਪ੍ਰਦਰਸ਼ਨ ਕੀਤਾ ਹੈ। ਬਰਨਾਲਾ ਦੇ ਇੱਕ ਮੁਹੱਲੇ ਵਿੱਚ ਬੀਤੇ ਦਿਨੀ ਨਸ਼ੇ ਦੀ ਹਾਲਤ ਵਿੱਚ ਇੱਕ ਪਰਿਵਾਰ ਵੱਲੋਂ ਗਾਲਾਂ ਕੱਢਣ ਅਤੇ ਦੂਜੇ ਪਰਿਵਾਰ ਨਾਲ ਲੜਾਈ ਝਗੜਾ ਹੋ ਗਿਆ ਸੀ, ਜਿਸ ਕਾਰਨ ਕਈ ਲੋਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿਸ ਵਿੱਚ ਇੱਕ ਪਰਿਵਾਰ ਨੇ ਦੂਜੇ ਪਰਿਵਾਰ 'ਤੇ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰਦੇ ਕਈ ਲੋਕਾਂ ਨੂੰ ਜ਼ਖਮੀ ਕੀਤਾ, ਜਿਸ ਵਿੱਚ ਦੋ ਲੋਕਾਂ ਦੀ ਹਾਲਤ ਜ਼ਿਆਦਾ ਗੰਭੀਰ ਵੇਖਦੇ ਹੋਏ ਸਿਵਲ ਹਸਪਤਾਲ ਬਰਨਾਲਾ ਨੇ ਦੋਨਾਂ ਨੂੰ ਪਟਿਆਲਾ ਰੈਫਰ ਕਰ ਦਿੱਤਾ। ਉੱਥੇ ਹੀ ਉਹਨਾਂ ਦੀ ਹਾਲਤ ਖਰਾਬ ਵੇਖਦੇ ਉਹਨਾਂ ਨੂੰ ਅੱਗੇ ਚੰਡੀਗੜ੍ਹ ਰੈਫਰ ਕੀਤਾ ਗਿਆ, ਜਿਸ ਦੇ ਚੱਲਦੇ ਅੱਜ ਇਲਾਜ ਦੇ ਦੌਰਾਨ 24 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ। ਮੌਤ ਦੀ ਖਬਰ ਸੁਣਦੇ ਹੀ ਪਰਿਵਾਰ ਵਾਲੇ ਅਤੇ ਮੁਹੱਲਾ ਨਿਵਾਸੀਆਂ ਨੇ ਗੁੱਸੇ ਵਿੱਚ ਬਰਨਾਲਾ ਦਾ ਮੇਨ ਰੋਡ ਜਾਮ ਕਰ ਦਿੱਤਾ ਅਤੇ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਨੂੰ ਲੈ ਕੇ ਬਰਨਾਲਾ ਪੁਲਿਸ ਪ੍ਰਸ਼ਾਸਨ ਦੇ ਖਿਲਾਫ ਵੀ ਨਾਅਰੇਬਾਜ਼ੀ ਕੀਤੀ। ਪਰਿਵਾਰਕ ਮੈਂਬਰਾਂ ਅਤੇ ਮੁਹੱਲਾ ਨਿਵਾਸੀਆਂ ਨੇ ਦੱਸਿਆ ਹੈ ਕਿ ਇਸ ਝਗੜੇ ਨੂੰ ਅੱਜ ਕਈ ਦਿਨ ਹੋ ਗਏ ਹਨ ਅਤੇ ਉਸ ਵਿੱਚ ਸਾਡੇ ਇੱਕ ਵਿਅਕਤੀ ਦੀ ਅੱਜ ਚੰਡੀਗੜ੍ਹ ਵਿੱਚ ਮੌਤ ਹੋ ਗਈ ਅਤੇ ਪੁਲਿਸ ਪ੍ਰਸ਼ਾਸਨ ਕੋਈ ਵੀ ਕਾਰਵਾਈ ਕਰਨ ਨੂੰ ਤਿਆਰ ਨਹੀਂ ਹੈ। ਉਹਨਾਂ ਨੇ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਸ ਸਾਰੇ ਮਾਮਲੇ ਵਿੱਚ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਸੀ ਕਿ ਅਸੀਂ ਸਾਰੇ ਮਾਮਲੇ ਦੀ ਤਫਤੀਸ਼ ਕਰ ਰਹੇ ਹਾਂ, ਜਗ੍ਹਾ ਜਗ੍ਹਾ ਛਾਪੇਮਾਰੀ ਕੀਤੀ ਜਾ ਰਹੀ ਹੈ, ਦੋਸ਼ੀਆਂ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ। ਆਹ ਸਾਡਾ ਮੁੰਡਾ ਮਾਰਤਾ ਇਹਨਾਂ ਨੇ, ਤੇ 24 ਸਾਲ ਦਾ ਮੁੰਡਾ ਸੀਗਾ, ਗਿਆਨ ਪੱਪੂ ਦਾ ਮੁੰਡਾ ਸੀਗਾ ਜੀ, ਉਹਨਾਂ ਨੇ ਲੜਾਈ ਹੋਈ ਨਾ, ਗਿਆਨ ਦਾ ਮੁੰਡਾ ਜੀ, ਲੜਾਈ ਹੋਈ ਜਦੋਂ ਉਹਨਾਂ ਨੇ ਸਾਰਿਆਂ ਨੇ ਇੱਟ ਮਾਰੀ, ਉੱਤੇ ਚੜ ਕੇ ਕਿਸੇ ਨੇ ਕੋਈ ਵਿੱਚ ਨਹੀਂ ਵੜਿਆ ਇਹਨਾਂ ਦੇ, ਕੁੜੀਆਂ ਵੀ ਮੁੰਡੇ ਵੀ ਜਵਾਕ ਵੀ ਸਾਰਿਆਂ ਨੇ ਮਿਲ ਕੇ ਉਹਨਾਂ ਮੁੰਡਾ ਨੂੰ ਮਾਰਿਆ ਗਿਆ, ਬਾਅਦ ਸਾਰੇ ਜਣੇ ਭੱਜ ਗਏ ਉੱਥੋਂ, ਮੁੰਡੇ ਵੀ ਕੁੜੀਆਂ ਵੀ ਕੋਈ ਨਹੀਂ ਹੈਗਾ ਇੱਥੇ, ਅਸੀਂ ਸਾਨੂੰ ਇਨਸਾਫ ਚਾਹੀਦਾ ਜੀ, ਸਾਨੂੰ ਇਨਸਾਫ ਚਾਹੀਦਾ ਜੀ, ਠੀਕ ਆ, ਸਾਰੇ ਜਣੇ ਜਿੰਨੇ ਫੜ ਗਏ ਨੇ ਕਰਜ਼ੇ ਦੇ, ਸਾਰੇ ਕੋਲ ਮੁੰਡਿਆਂ ਨੂੰ ਲੜਾਈ ਨਹੀਂ ਹੋਈ ਜੀ, ਕੁੜੀਆਂ ਨੂੰ ਛੇੜਦੇ ਜੀ, ਸਾਡੇ ਮੁੰਡੇ ਬੋਲਣ ਲੱਗੇ, ਉਹਨਾਂ ਨੇ ਫੜ ਕੇ ਸਾਨੂੰ ਕੁੱਟਿਆ ਸਾਡੇ ਮੁੰਡਿਆਂ ਨੂੰ, ਇਹੀ ਗੱਲ ਹੋਈ ਹੈ ਜੀ, ਹੋਰ ਕੁਛ ਨਹੀਂ। ਕੋਈ ਨਹੀਂ ਸੁਣ ਰਿਹਾ ਜੀ ਸਾਡਾ, ਕੋਈ ਸੁਣਾਈ ਨਹੀਂ ਕਰ ਰਿਹਾ ਹੈਗਾ, ਹਾਂਜੀ 4 ਦਿਨ ਹੋ ਗਏ ਜੀ ਅੱਜ, ਕੋਈ ਸੁਣਾਈ ਨਹੀਂ ਕਰ ਰਿਹਾ ਜੀ, ਅਸੀਂ ਮੰਗ ਕਰੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ। ਗੱਲਬਾਤ ਇਹ ਸੀ ਜੀ, ਇਹਨਾਂ ਬਾਬਰੀਆ ਕੌਮ ਦੇ ਮੁੰਡੇ ਨੇ ਜੀ, ਜਿਹੜੇ ਕੱਪੜਾ ਵੇਚਣ ਵਾਲੇ ਆ, ਇਹ ਸਾਡੇ ਮੁੰਡੇ ਗੇਟ ਦੇ ਮੂਹਰੇ ਖੜ ਕੇ ਗਾਲਾਂ ਕੱਢਦੇ ਸੀ, ਸਾਡੇ ਬੱਚੇ ਕਹਿੰਦੇ ਭਾਈ ਪਾਸੇ ਹੋ ਕੇ ਗਾਲਾਂ ਕੱਢੋ, ਅਤੇ ਉਹਨਾਂ ਨੇ ਇੰਨੀ ਗੱਲ ਕਹੀ ਤਾਂ ਇਹਨਾਂ ਨੇ ਇੱਟਾਂ ਰੋੜੇ ਮਾਰ ਕੇ ਉਹਨੂੰ ਕੁੱਟਣਾ ਚਾਲੂ ਕਰਤਾ, ਜਿਹਦੀ ਉਹਨੂੰ ਲਿਜਾ ਕੇ ਇਹਦੇ ਸਰਕਾਰੀ ਹਸਪਤਾਲ ਲੈ ਕੇ ਇਹਨਾਂ ਨੇ ਜਵਾਬ ਦਿੱਤਾ, ਨਾਲ ਦੇ ਨਾਲ ਤੁਰੰਤ ਪਟਿਆਲੇ ਰੈਫਰ ਕੀਤਾ, ਪਟਿਆਲੇ ਵਾਲੇ ਨੇ ਜਵਾਬ ਦਿੱਤਾ, PGI ਚੰਡੀਗੜ੍ਹ ਭੇਜਤਾ, ਉੱਥੇ ਉਹਨਾਂ ਦੀ ਇੱਕ ਦੀ ਡੈਥ ਹੋ ਗਈ, ਇਸ ਲਈ ਕਹਿੰਦੇ ਚਾਵਲਾ ਨੇ ਵੀ ਉਹ ਗਾਤਲ ਫੜੇ ਜਾਣ, ਸਾਡਾ ਬੱਚਾ ਮਰ ਗਿਆ, ਸਾਡੇ ਬੱਚੇ ਪੜੇ ਜਾਣ, ਸਾਡੇ ਚਾਹੀਦਾ ਥਾਣਾ ਸਿੰਘ ਟੂ ਏਰੀਏ ਦੇ ਵਿੱਚ ਝਗੜਾ ਹੋਇਆ ਸੀ, ਝਗੜੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਆ, ਉਹਦੇ ਸੰਬੰਧ ਦੇ ਵਿੱਚ ਸਾਡੇ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ, ਅਸਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਇਹਨਾਂ ਧਰਨਾਕਾਰੀਆਂ ਵੱਲੋਂ ਵੀ ਇਹੀ ਮੰਗ ਕੀਤੀ ਜਾਂਦੀ ਹੈ ਕਿ ਅਸਲ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ। ਹੁਣ ਤੱਕ ਕੋਈ ਆਰੋਪੀ ਗ੍ਰਿਫਤਾਰ ਹੋਏ ਜੀ? ਛਾਪੇਮਾਰੀ ਜਾਰੀ ਹੈ।